ਜਿੱਥੇ ਮਰਜੀ ਪਹੁੰਚ ਜਾਵੇ ਜਿੱਥੇ ਮਰਜੀ ਲੇਕਿਨ ਮਾਂ ਪਿਓ ਦਾ ਜਿਹੜਾ ਪਿਆਰ ਆ ਉਹ ਮੁੜ ਕੇ ਲੱਭਦੇ ਨਹੀਂ ਮੈਂ ਇਸ ਕਰਕੇ ਜਿਹੜੇ ਯੰਗਸਟਰਸ ਇਹਨਾਂ ਨੂੰ ਕਹਿਣਾ ਹੁੰਦਾ ਵੀ ਆਪਾਂ ਕਈ ਵਾਰ ਕਹਿੰਦੇ ਨੇ ਵੀ ਕੱਲ ਨੂੰ ਮਿਲ ਲਾਂਗੇ ਮਾਂ ਨੂੰ ਡੈਡੀ ਨੂੰ ਕੱਲ ਨੂੰ ਮਿਲ ਲਾਂਗੇ ਉਹ ਕਈ ਵਾਰ ਕੱਲ ਦਾ ਟੁਮਾਰੋ ਆਉਂਦਾ ਹੀ ਨਹੀਂ ਮੁੜ ਕੇ ਉਹ ਸੋ ਮੇਰੀ ਰਿਕੁਐਸਟ ਆ ਵੀ ਆਪਣੇ ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰਿਆ ਕਰੋ ਉਹਨਾਂ ਨੂੰ ਕੋਈ ਪੈਸੇ ਦੀ ਲੋੜ ਨਹੀਂ ਕੋਈ ਨਹੀਂ ਇੱਕ ਵਾਰੀ ਘੁੱਟ ਕੇ ਜੱਫੀ ਪਾ ਲਿਆ ਕਰੋ ਨਾ ਸ਼ਾਮ ਨੂੰ ਜਾ ਕੇ ਬਸ ਸਾਰਾ ਕੁਝ ਕੰਮ ਖਤਮ ਹੀ ਹੋ ਜਾਂਦਾ ਉਹਨਾਂ ਨੂੰ ਹੋਰ ਕੀ ਜਿਹੜੀ ਸਾਡੇ ਵਾਲੀ ਪੀੜ੍ਹੀ ਸੀ ਪਿਆਰ ਭਾਵੇਂ ਕਰਦੇ ਸੀ ਲੇਕਿਨ ਉਹਦੇ ਵਿੱਚ ਇੱਕ ਝਿਜਕ ਸੀ ਵੀ ਮੈਂ ਆਪਾਂ ਨੂੰ ਕਦੇ ਕਹਿ ਨਹੀਂ ਸਾਡੇ ਪਾਪਾ ਲਵ ਯੂ ਉਹਨਾਂ ਕਹਿੰਦਾ ਚਪੇੜ ਮਾਰੋ ਤੇਰੇ ਮੂੰਹ ਤੇ ਕੁਦਰਤੀ ਆ ਆਦਤ ਇਦਾਂ ਸੀ ਅੱਜ ਜੇ ਮੇਰੇ ਆਪਣੇ ਬੱਚੇ ਆ ਮੈਂ ਉਹਨਾਂ ਨੂੰ ਰੋਜ਼ ਰਾਤ ਨੂੰ ਸੌਣ ਲੱਗੇ ਕਹਿੰਦਾ ਪੁੱਤਰ ਆ ਲਵ ਯੂ ਉਹ ਮੈਨੂੰ ਕਹਿੰਦੇ ਨੇ ਸੋ ਬਾਪੂ ਜੀ ਮੈਨੂੰ ਪਤਾ ਇਦਾਂ ਦੇ ਦਿਨ ਤੇ ਜਦੋਂ ਵੀ ਆਓ ਕਦੇ ਭੁੱਲ ਨਹੀਂ ਸਕਦੇ ਸੋ ਬਾਪੂ ਦੀ ਗੱਲ ਕਰਨੀ ਆ ਕਿਉਂਕਿ ਜੇ ਬਾਪੂ ਤੁਹਾਡੇ ਕੋਲ ਹੈ ਤਾਂ ਘੁੱਟ ਕੇ ਜੱਫੀ ਪਾ ਲਓ ਜੇ ਨਹੀਂ ਹੈ ਤਾਂ ਉੱਤੋਂ ਦੇਖਦੇ ਨੇ ਅੱਜ ਵੀ ਹਾਜ਼ਰ ਨੇ ਕਿਉਂਕਿ ਉਹਨਾਂ ਨੇ ਕਹਿੰਦੇ ਕਿਹਾ ਸੀ ਵੀ ਜਦੋਂ ਤੋਂ ਜਵਾਨ ਹੋਣਾ ਤਾਂ ਜੈਦੀ ਮਹਿਲ ਦਾ ਖਾਣਾ ਲਾਉਣਾ ਸੋ ਬਾਪੂ ਜੀ ਥੈਂਕ ਯੂ ਸੋ ਮਚ ਕੋਈ ਗੱਲ ਨਹੀਂ ਤੇ ਅੱਜ ਉਹਨਾਂ ਦੇ ਨਾਂ ਤੇ ਝੂਟੇ ਮਾਟੇ ਦੇ ਕੇ ਜਿਸਨੇ ਡੋਰੀ ਦੇ ਕੇ ਪਾਇਆ ਮੋਟੀਆਂ ਉੱਤੋਂ ਚੁੱਕ ਕੇ ਜਿਸਨੇ ਸੋਹਣਾ ਜੱਗ ਦਿਖਾਇਆ ਆਜਾ ਬਾਬਾ ਹੁੱਟ ਕੇ ਜੱਫੀ ਪਾ।
ਥੈਂਕ ਯੂ ਇਹ ਕੁਦਰਤੀ ਗੱਲ ਹੈ।